ਕਾਫੀ ਕੰਡੀਸ਼ਨ ਵਧੀਆ ਆ ਤੇ ਭਾਜੀ ਕਿੰਨੇ ਦੇ ਇੱਕ ਵਾਰ ਕਹਿੰਦੇ ਤੁਸੀਂ ਭਾਜੀ 15-20 ਹਜ਼ਾਰ ਦਾ ਸਟਾਰਟਿੰਗ ਹੋਇਆ 15-20 ਹਜ਼ਾਰ ਦਾ ਸਟਾਰਟਿੰਗ ਹੋਇਆ ਤੇ 2019 ਮਾਡਲ ਸਿਰਫ 50,000 ਦਾ ਹਾਂਜੀ ਭਾਜੀ ਤੇ ਆ ਭਾਜੀ ਇਹ 2015 ਮਾਡਲ 35,000 ਦਾ ਭਾਜੀ ਅੱਛਾ ਸਿਰਫ 35,000 ਦਾ ਬੜਾ ਵਧੀਆ ਭਾਜੀ ਨਵਾਂ ਹੀ ਖੜਾ ਭਾਜੀ ਇਹਦਾ ਕੀ ਪ੍ਰਾਈਸ ਪਏ ਇਹ 2019 ਮਾਡਲ ਭਾਜੀ ਇਹ 55,000 ਦਾ ਭਾਜੀ ਠੀਕ ਹੈ 2019 ਮਾਡਲ ਹਾਂਜੀ 55,000 ਰੁਪਏ ਦਾ ਤੇ ਨਵਾਂ ਤਾਂ ਭਾਈ 1.5 ਲੱਖ ਰੁਪਏ ਦਾ ਨਾ ਮੇਰੇ ਖਿਆਲ ਨਾਲ ਲਓ ਜੀ ਦੋਸਤੋ ਤੁਸੀਂ ਅਗਰ ਤੁਸੀਂ ਕੋਈ ਬਾਈਕ ਲੈਣੀ ਚਾਹੁੰਦੇ ਹੋ ਤੇ 10,000 ਰੁਪਏ ਜੇਬੀ ਚ ਪਾ ਕੇ ਆ ਜਾਓ ਤੇ ਇੱਥੋਂ ਬਾਕੀ ਭਾਜੀ ਨੇ ਲੋਨ ਕਰ ਦੇਣਗੇ ਤੁਹਾਨੂੰ ਸਾਰੇ ਆ ਕੋਈ ਵੀ ਬਾਈਕ ਤੁਸੀਂ ਇੱਥੋਂ ਲਿਜਾ ਸਕਦੇ ਹੋ ਬਹੁਤ ਵਧੀਆ ਖੜੀ ਨਵਾਂ ਮਾਡਲ ਖੜਾ ਭਾਜੀ ਇਹ ਭਾਜੀ 20 ਮਾਡਲ ਆ ਅੱਛਾ 20 ਮਾਡਲ ਆ ਤੇ ਭਾਜੀ ਕਿੰਨੇ ਕੇ ਦੀ ਹੋਗੀ ਭਾਜੀ 50 ਦੇ ਲੱਗੇ ਮਿਲਦੀ ਅੱਛਾ 20 ਮਾਡਲ ਇੱਕ ਵਾਰ 50,000 ਰੁਪਏ ਦੀ ਦੋਸਤੋ ਜਿਹੜੇ ਬਾਈਕਾਂ ਜਿਹੜੇ ਖੜੀਆਂ ਆ ਸਾਰੀਆਂ ਦੋਸਤੋ ਫੋਰ ਸੇਲ ਨੇ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇਹ ਹੈ ਜਲੰਧਰ ਦੀ ਮੋਟਰਸਾਈਕਲ ਦੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਦੋਸਤੋ ਇੱਥੋਂ ਸੈਕਿੰਡ ਹੈਂਡ ਮੋਟਰਸਾਈਕਲ ਮਿਲਦੇ ਆ ਤੁਹਾਨੂੰ ਦਿਖਾਉਂਦੇ ਹਾਂ ਉਧਰ ਮਾਰਕੀਟ ਦੇ ਲੈ ਕੇ ਚੱਲਦੇ ਹਾਂ ਦਿਖਾਉਂਦੇ ਤੁਹਾਨੂੰ ਹੋਰ ਵੀ ਬਾਈਕਾਂ ਦੋਸਤੋ ਇੱਧਰ ਵੀ ਜਿਹੜੀ ਬਾਈਕਾਂ ਇਹ ਵੀ ਸਾਰੀਆਂ ਦੋਸਤੋ ਸੇਲ 'ਤੇ ਲੱਗੀਆਂ ਹੋਈਆਂ ਨੇ ਦੋਸਤੋ ਜਿਹੜੇ ਬਾਈਕਾਂ ਜਿਹੜੇ ਖੜੀਆਂ ਆ ਇਹ ਸਾਰੀਆਂ ਦੋਸਤੋ ਫੋਰ ਸੇਲ ਨੇ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਬੁਲਟ ਵੀ ਦੋਸਤੋ ਇੱਥੇ ਅਵੇਲੇਬਲ ਹੈਗੇ ਆ ਅਗਰ ਤੁਸੀਂ ਸੈਕਿੰਡ ਹੈਂਡ ਬੁਲਟ ਲੈਣਾ ਚਾਹੁੰਦੇ ਹੋ ਤੁਸੀਂ ਇੱਥੇ ਆਣ ਕੇ ਜਿੱਦਾਂ ਨਵਾਂ 2.5 ਲੱਖ ਦਾ ਆ ਤੁਸੀਂ ਇੱਥੋਂ 200 ਲੱਖ ਰੁਪਏ ਦਾ ਦੋਸਤੋ ਮੋਟਰਸਾਈਕਲ ਲਿਜਾ ਸਕਦੇ ਆ ਆਣ ਕੇ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਦੋਸਤੋ ਕਾਫੀ ਵਧੀਆ ਵਧੀਆ ਮੋਟਰਸਾਈਕਲ ਖੜੇ ਹੋਏ ਨੇ ਸੋ ਦੋਸਤੋ ਇੱਥੇ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਦੋਸਤੋ ਇੱਥੇ ਮੋਟਰਸਾਈਕਲ ਖੜੇ ਬੁਲਟ ਇਹ ਸਾਰੀ ਮਾਰਕੀਟ ਦੋਸਤੋ ਸੈਕਿੰਡ ਹੈਂਡ ਮੋਟਰਸਾਈਕਲਾਂ ਦੀ ਆ ਸਾਰੇ ਇੱਥੋਂ ਦੋਸਤੋ ਸੈਕਿੰਡ ਹੈਂਡ ਮੋਟਰਸਾਈਕਲ ਮਿਲਦੇ ਨੇ ਤੁਸੀਂ ਜਦੋਂ ਵੀ ਆਉਣ ਮਰਜ਼ੀ ਆਣ ਕੇ ਜਲੰਧਰ ਦੇ ਦੋਸਤੋ ਜੋਤੀ ਚੌਂਕ ਦੇ ਵਿੱਚ ਦੋਸਤੋ ਇਹ ਮਾਰਕੀਟ ਆ ਤੁਸੀਂ ਆਣ ਕੇ ਜਦੋਂ ਮਰਜ਼ੀ ਮੋਟਰਸਾਈਕਲ ਦੋਸਤੋ ਇੱਥੋਂ ਲਿਜਾ ਸਕਦੇ ਹੋ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਦੋਸਤੋ ਮੋਟਰਸਾਈਕਲ ਖੜੇ ਹੋਏ ਨੇ ਸਪਲੈਂਡਰ ਵੀ ਹੈਗੇ ਆ ਐਕਟਿਵਾ ਵੀ ਹੈਗੇ ਆ ਪਲਸਰ ਵੀ ਹੈਗੇ ਆ ਸੋ ਦੋਸਤੋ ਇਹ ਇਹਨਾਂ ਦੀ ਦੁਕਾਨ ਅਤੇ ਕਰਦੇ ਇਹਨਾਂ ਨਾਲ ਗੱਲ ਅਤੇ ਪੁੱਛਦੇ ਹਾਂ ਕੀ ਰੇਟ ਹੈ ਮੋਟਰਸਾਈਕਲ ਐਕਟਿਵਾ ਦੇ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਭਾਅ ਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਕੀ ਨਾਮ ਭਾਅ ਜੀ ਆਪਣਾ ਗੋਪੀ ਨਾਮ ਭਾਅ ਜੀ ਠੀਕ ਹੈ ਭਾਅ ਆਪਣਾ ਭਾਅ ਜੀ ਕੀ ਆਪਣਾ ਮੋਟਰਸਾਈਕਲ ਆਪਣੀ ਦੁਕਾਨ ਦਾ ਨਾਮ ਕੀ ਭਾਅ ਜੀ ਸਤਿਗੁਰੂ ਐਟੋਮੋਬਾਈਲ ਠੀਕ ਹੈ ਭਾਅ ਜੀ ਅਤੇ ਭਾਅ ਜੀ ਆਪਣੇ ਜਿਹੜਾ ਤੁਸੀਂ ਮੋਟਰਸਾਈਕਲ ਦਿੰਦੇ ਹੋ ਜਾਂ ਐਕਟਿਵਾ ਦਿੰਦੇ ਹੋ ਹਾਂਜੀ ਅਤੇ ਇਹ ਬਾਹਰ ਮਾਰਕੀਟ ਨਾਲੋਂ ਕਿੰਨਾ ਕੁ ਸਸਤਾ 50-60 ਪੈਸੇ ਸਸਤੀ ਹੁੰਦੀ ਹੈ ਕਿੰਨੀ ਸਸਤੀ ਹੁੰਦੀ ਆ 10-15 ਹਜ਼ਾਰ ਦਾ ਫਰਕ ਹੁੰਦਾ ਬਾਹਰ ਮਾਰਕੀਟ ਨਾਲੋਂ ਸਸਤਾ ਠੀਕ ਹੈ ਭਾਅ ਜੀ ਅਤੇ ਭਾਅ ਜੀ ਜਿੱਦਾਂ ਹੁਣ ਮਤਲਬ ਆਪਾਂ ਗੱਲ ਕਰਨਾ ਜਿੱਦਾਂ PB08 ਐਕਟਿਵਾ ਖੜੀ ਹੈ ਅਤੇ ਇਹਦਾ ਭਾਅ ਜੀ ਕੀ ਪ੍ਰਾਈਸ ਹੈ ਅਤੇ ਕਿੰਨਾ ਮਾਡਲ ਆ ਭਾਅ ਜੀ ਇਹ 2012 ਮਾਡਲ ਭਾਅ ਜੀ 23 ਹਜ਼ਾਰ ਦੀ ਆ 2012 ਮਾਡਲ ਜਿਹੜਾ 12 ਮਾਡਲ ਤੇ 23 ਹਜ਼ਾਰ ਰੁਪਏ ਦੀ ਹਾਂਜੀ ਹਾਂਜੀ ਠੀਕ ਹੈ ਜਿੱਦਾਂ ਮੇਰੇ ਭਰਾਵਾਂ ਨੂੰ ਕਈਆਂ ਨੂੰ ਸਪਲੈਂਡਰ ਬਹੁਤ ਪਸੰਦ ਹੁੰਦੇ ਨੇ ਭਾਅ ਜੀ ਉਹ ਪਿੱਛੇ ਆਪਾਂ ਦੇਖ ਸਕਦੇ ਮੋਟਰਸਾਈਕਲ ਖੜੇ ਆ ਸਪਲੈਂਡਰ ਤੇ ਇਹਨਾਂ ਦਾ ਭਾਅ ਜੀ ਕੀ ਰੇਟ ਆ ਉਹ 2019 ਮਾਡਲ ਭਾਅ ਜੀ ਸਪਲੈਂਡਰ ਖੜਾ ਹੈ ਇਹ ਭਾਈ 50 ਹਜ਼ਾਰ ਦਾ ਅੱਛਾ ਇਹ 2019 ਮਾਡਲ ਸਿਰਫ 50 ਹਜ਼ਾਰ ਰੁਪਏ ਹਾਂਜੀ ਭਾਅ ਜੀ ਜਦੋਂ ਆ ਭਾਅ ਜੀ ਇਹ 2015 ਮਾਡਲ 35 ਹਜ਼ਾਰ ਦਾ ਭਾਅ ਜੀ ਅੱਛਾ ਸਿਰਫ 35 ਹਜ਼ਾਰ ਰੁਪਏ ਹਾਂਜੀ ਭਾਅ ਜੀ ਅੱਛਾ ਭਾਅ ਜੀ ਜੇ ਕੋ ਆਪਣੀ ਵੀਡੀਓ ਦੇਖ ਕੇ ਉਹਨਾਂ ਨੂੰ ਕੋਈ ਲੈਸ ਹੋਊਗਾ ਕਿ ਨਹੀਂ ਭਾਅ ਜੀ ਹੋਊਗਾ ਭਾਅ ਜੀ ਅੱਛਾ ਲੈਸ ਵੀ ਹੋਊਗਾ ਲਓ ਜੀ ਭਾਅ ਜੀ ਮੈਂ ਕਹਿੰਦੇ ਆ ਕਿ ਅਗਰ ਸਾਡੀ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਉਹਨਾਂ ਨੂੰ ਲੈਸ ਵੀ ਕਰਾਂਗੇ ਤੇ ਲੋਨ ਦੀ ਫੈਸਿਲਿਟੀ ਹੈਗੀ ਭਾਅ ਜੀ ਆਪਣੇ ਕੋਲ ਲੋਨ ਦੀ ਵੀ ਹੈਗੀ ਭਾਅ ਜੀ ਲੋਨ ਵੀ ਹੋ ਜਾਊਗਾ ਲੋਨ ਵੀ ਤਾਂ ਭਾਅ ਜੀ ਹੁਣ ਕਹਿੰਦੇ ਆ ਕਿ ਤੁਸੀਂ ਭਾਅ ਜੀ 5000 ਰੁਪਏ ਜੇ ਕੋਈ ਲੈ 5-7 ਹਜ਼ਾਰ ਰੁਪਏ ਲੈ ਕੇ ਆ ਰਿਹਾ ਤਾਂ ਬਾਕੀ ਲੋਨ ਹੋ ਜੂ ਕਿ ਨਹੀਂ ਹਾਂਜੀ 10-10 ਹਜ਼ਾਰ ਤੱਕ ਹੋ ਜਾਂਦਾ ਲੋਨ ਲੈ ਕੇ ਆ ਰਿਹਾ ਲਓ ਜੀ ਦੋਸਤੋ ਤੁਸੀਂ ਅਗਰ ਤੁਸੀਂ ਕੋਈ ਬਾਈਕ ਲੈਣੀ ਚਾਹੁੰਦੇ ਹੋ ਤੇ 10000 ਰੁਪਏ ਜੇਬੀ ਚ ਪਾ ਕੇ ਆ ਜਾਓ ਤੇ ਇੱਥੋਂ ਬਾਕੀ ਭਾਅ ਜੀ ਨੇ ਲੋਨ ਕਰ ਦੇਣਗੇ ਤੁਹਾਨੂੰ ਸਾਰੇ ਆ ਕੋਈ ਵੀ ਬਾਈਕ ਤੁਸੀਂ ਇੱਥੋਂ ਲਿਜਾ ਸਕਦੇ ਆ ਤੇ ਭਾਜੀ ਆ ਵੀ ਜਿਹੜੇ ਸਪਲੈਂਡਰ ਖੜੇ ਨਾਲ ਕੀ ਮਾਡਲ ਆ ਭਾਜੀ ਨਾਲ ਦਾ ਇਹ 19 ਮਾਡਲ ਆ ਭਾਜੀ ਇਹ 18 ਮਾਡਲ ਅੱਛਾ ਇਹ 19 18 ਤੇ ਉਹ ਪਿੱਛੇ ਵਾਲਾ ਭਾਜੀ ਉਹ ਵੀ 18 ਮਾਡਲ ਆ ਭਾਜੀ ਠੀਕ ਆ ਭਾਜੀ ਤੇ ਕੀ ਭਾਜੀ ਕੀਮਤ ਇਹਦੀ
ਕੀਮਤ ਭਾਜੀ ਇਹਦੀ 53,000 ਆ ਇਹ 53,000 ਦੀ ਠੀਕ ਹੈ ਭਾਜੀ ਕੰਡੀਸ਼ਨ ਬਿਲਕੁਲ ਸਾਫ ਆ ਗੱਡੀ ਦੀ ਠੀਕ ਹੈ ਭਾਜੀ 58 ਮਾਡਲ ਆ ਠੀਕ ਹੈ ਭਾਜੀ ਇਹਦੀ 45,000 ਦੇ ਲੱਗ ਸਕਦੀ ਹੈ ਠੀਕ ਹੈ ਭਾਜੀ ਕੋਈ ਵੀ ਨਾ ਆਪਾਂ ਸਸਤੇ ਹੀ ਹੁੰਦੇ ਮੋਟਰਸਾਈਕਲ ਜਾਂਦੇ ਠੀਕ ਹੈ ਭਾਜੀ ਤੇ ਜਿਹੜਾ ਭਾਜੀ ਆ ਪਲਸਰ ਜਿਹੜਾ ਬੜਾ ਵਧੀਆ ਭਾਜੀ ਨਵਾਂ ਹੀ ਖੜਾ ਭਾਜੀ ਇਹਦਾ ਕੀ ਪ੍ਰਾਈਸ ਪਏਗਾ 2019 ਮਾਡਲ ਭਾਜੀ ਇਹ 55,000 ਦਾ ਭਾਜੀ ਪਲਸਰ ਠੀਕ ਹੈ 2019 ਮਾਡਲ ਹਾਂਜੀ 55,000 ਰੁਪਏ ਦਾ ਤੇ ਨਵਾਂ ਤਾਂ ਭਾਈ 1.5 ਲੱਖ ਰੁਪਏ ਦਾ ਨਾ ਮੇਰੇ ਖਿਆਲ ਨਵਾਂ ਤਾਂ ਹਾਂਜੀ ਭਾਈ 1.5 ਲੱਖ ਲਓ ਜੀ ਭਾਜੀ ਨਵਾਂ ਤਾਂ 1.5 ਲੱਖ ਰੁਪਏ ਦਾ ਆ ਤੇ ਭਾਜੀ ਹੁਣ ਕਹਿੰਦੇ ਆ ਕਿ ਤੁਹਾਨੂੰ ਸਿਰਫ 50-55,000 ਰੁਪਏ ਦੇ ਵਿੱਚ ਦੋਸਤੋ ਇੱਥੋਂ ਇਹ ਮੋਟਰ ਤੁਹਾਨੂੰ ਮਿਲ ਜਾਊਗਾ ਇਹ ਭਾਈ ਜਿਹੜਾ ਐਫਜੈਡ ਖੜਾ ਭਾਜੀ ਇਹ ਕਿਹੜਾ ਮਾਡਲ ਆ ਇਹ 2015 ਮਾਡਲ ਆ ਭਾਜੀ ਅੱਛਾ 15 ਮਾਡਲ ਤੇ ਭਾਜੀ ਕੀ ਰੇਟ ਭਾਜੀ ਇਹਦਾ ਇਹ ਭਾਜੀ 40 ਦੇ ਲੱਗੇ ਛੱਡ ਜਾਏਗਾ 40 ਪਲੱਸ 40 ਦਾ ਠੀਕ ਹੈ ਭਾਜੀ ਤੇ ਆਪਾਂ ਜਿਹੜੀਆਂ ਤੁਹਾਨੂੰ ਐਕਟਿਵਾ ਇੰਨੀਆਂ ਸੋਹਣੀਆਂ ਸੋਹਣੀਆਂ ਖੜੀਆਂ ਕੀਤੀਆਂ ਆ ਤੇ ਇਹ ਭਾਜੀ ਕਿੰਨੇ ਕਿੰਨੀਆਂ ਭਾਜੀ ਸ਼ੁਰੂ ਹੋਣੀਆਂ ਭਾਜੀ ਇਹ 15-20,000 ਤੋਂ ਗੱਡੀ ਸਟਾਰਟ ਹੋਏ ਲਓ ਜੀ ਭਾਜੀ ਅਗਰ ਤੁਸੀਂ ਐਕਟਿਵਾ ਇੱਥੋਂ ਲੈਣੀ ਚਾਹੁੰਦੇ ਹੋ ਭਾਜੀ ਹੁਣੀ ਕਹਿੰਦੇ 15-20,000 ਰੁਪਏ ਤੋਂ ਸਟਾਰਟ ਆਪਾਂ ਐਕਟਿਵਾ ਕਰ ਦਿੰਦੇ ਆ ਤੇ ਕਾਫੀ ਕੰਡੀਸ਼ਨ ਵਧੀਆ ਆ ਤੇ ਭਾਜੀ ਕਿੰਨੇ ਦੀ ਐਕਟਿਵਾ ਕਹਿੰਦੇ ਤੁਸੀਂ ਭਾਜੀ 15-20,000 ਦਾ ਸਟਾਰਟਿੰਗ ਹੋ ਜਾਂਦਾ 15-20,000 ਦਾ ਸਟਾਰਟਿੰਗ ਹੋ ਜਾਂਦੀ ਆ ਤੇ ਭਾਜੀ ਮਾਡਲਾਂ ਬਾਰੇ ਦੱਸ ਸਕਦੇ ਕਿਹੜਾ ਕਿਹੜਾ ਕਿੰਨੇ ਕਿੰਨੇ ਮਾਡਲਾਂ ਭਾਜੀ ਜਿੱਦਾਂ ਆਹ ਐਕਟਿਵਾ ਬਹੁਤ ਵਧੀਆ ਖੜੀ ਨਵਾਂ ਮਾਡਲ ਖੜਾ ਭਾਜੀ ਇਹ ਭਾਜੀ 20 ਮਾਡਲ ਆ ਅੱਛਾ 20 ਮਾਡਲ ਆ ਤੇ ਭਾਜੀ ਕਿੰਨੇ ਕਿਹਦੇ ਹੋਗੀ ਭਾਜੀ 50 ਦੇ ਲੱਗੇ ਮਿਲ ਜੂਗੀ ਅੱਛਾ 20 ਮਾਡਲ ਐਕਟਿਵਾ 50,000 ਰੁਪਏ ਦੀ ਹਾਂਜੀ ਨਵੀਂ ਤਾਂ ਭਾਜੀ ਮਹਿੰਗੀ ਨੂੰ 1 ਲੱਖ ਰੁਪਏ ਲੱਗੇ ਸਕਦੇ ਪਹੁੰਚ ਜਾਂਦੀ ਠੀਕ ਹੈ ਭਾਜੀ ਲਓ ਜੀ ਭਾਜੀ ਉਹਨਾਂ ਦੀ ਐਕਟਿਵਾ ਖੜੀਆਂ ਆ ਤੇ ਕਾਫੀ ਮਾਡਲ ਦੋਸਤੋ ਖੜੇ ਐਕਟਿਵਾ ਦੇ ਅਗਰ ਤੁਸੀਂ ਲੈਣੀ ਚਾਹੋ ਦੋਸਤੋ ਇੱਥੋਂ ਆਣ ਕੇ ਤੁਸੀਂ ਐਕਟਿਵਾ ਲੈ ਸਕਦੇ ਹੋ ਤੇ ਬਾਕੀ ਮਾਰਕੀਟ ਦੋਸਤੋ ਬਹੁਤ ਵੱਡੀ ਆ ਤੁਸੀਂ ਇੱਥੋਂ ਹੋਰ ਵੀ ਹੋਰ ਦੁਕਾਨਾਂ ਬਹੁਤ ਹੈਗੀਆਂ ਆ ਅਗਰ ਤੁਸੀਂ ਤੁਹਾਨੂੰ ਇੱਥੋਂ ਨਹੀਂ ਵੀ ਗੱਲ ਬਣਦੀ ਤੁਹਾਨੂੰ ਨਹੀਂ ਵੀ ਚੀਜ਼ ਪਸੰਦ ਆਉਂਦੀ ਤੇ ਹੋਰ ਵੀ ਦੋਸਤੋ ਦੁਕਾਨਾਂ ਬਹੁਤ ਆ ਤੁਸੀਂ ਇੱਥੇ ਆਣ ਕੇ ਆਪਣੀ ਮਨਪਸੰਦ ਦੀ ਬਾਈਕ ਜਿਹੜੀ ਲੈ ਕੇ ਜਾ ਸਕਦੇ ਹੋ ਤਾਂ ਦੋਸਤੋ ਲਾਸਟ ਵਾਰ ਤੁਹਾਨੂੰ ਮੈਂ ਬੋਰਡ ਦਿਖਾ ਦਿੰਦਾ ਆ ਤੇ ਇਹਨਾਂ ਦਾ ਦੋਸਤੋ ਨੰਬਰ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਆ ਤੇ ਭਾਈ ਹੁਣਾਂ ਦਾ ਨੰਬਰ ਆ 82-646-47-804 ਜੀ ਤਾਂ ਦੋਸਤੋ ਤੁਸੀਂ ਇਹਨਾਂ ਨੂੰ ਫੋਨ ਕਰਕੇ ਵੀ ਮਾਡਲਾਂ ਬਾਰੇ ਪੁੱਛ ਸਕਦੇ ਹੋ ਕੋਈ ਪੁੱਛਣਾ ਹੋਵੇ ਤੇ ਆ ਇਹਨਾਂ ਦੀ ਦੁਕਾਨ ਆ ਤੇ ਮੋਟਰਸਾਈਕਲ ਹੋਰ ਕਹਿੰਦੇ ਬਹੁਤ ਖੜੇ ਆ ਗਡਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਬਾਈਕ ਤੋਂ ਐਕਟਿਵਾ ਚਾਹੀਦੀ ਹੋਵੇ ਦੋਸਤੋ ਤੁਸੀਂ ਇੱਥੇ ਵਿਜ਼ਿਟ ਕਰਕੇ ਜਲੰਧਰ ਦੇ ਜੋਤੀ ਗਾਉਂ ਦੇ ਵਿੱਚ ਦੋਸਤੋ ਆ ਕੇ ਮੋਟਰਸਾਈਕਲ ਤੁਸੀਂ ਲੈ ਸਕਦੇ ਹੋ।